ਨੰਬਰ ਪਲੇਟ ਅੜੀ ਉਹਨਾਂ ਕਿਹਾ ਤੇਰਾ ਨਾ ਨੁਕਸਾਨ ਭਰਦੇ ਨੇ ਅਸੀਂ ਤੋ ਰਾਣਾ ਲੈ ਕੇ 10-15 ਮੁੰਡੇ ਆਏ ਨੇ ਤੋ ਜਨਮਾਂ ਨੇ ਯਾਰੋ ਜਿਹੜਾ ਕਹਿੰਦਾ ਨੰਬਰ ਪਲੇਟ ਟੁੱਟੀ ਜਿਹੜਾ ਤੇ ਨੁਕਸਾਨ ਹੋਇਆ ਅਸੀਂ ਭਰ ਦਿੱਤੇ ਮੈਂ ਵੀ ਕਿਹਾ ਮੇਰੇ ਗੱਲ ਪੈ ਗਈ ਭਾਈ ਮੈਂ ਇਧਰੋਂ ਆ ਰਿਹਾ ਜਦੋਂ ਮੈਂ ਆ ਰਿਹਾ ਰਾਤ 12:40 ਦਾ ਟਾਈਮ ਸੀ ਇਧਰੋਂ 5-6 ਗਾਵਾਂ ਨਿਕਲੀਆਂ ਮੈਂ ਗਾਵਾਂ ਨੂੰ ਬਚਾਉਂਦੇ ਗੱਡੀ ਸਾਈਡ ਤੇ ਕੀਤੀ ਉਹਨਾਂ ਨੂੰ ਫੁੱਟਪਾਥ ਤੇ ਚੜ ਗਈ ਕੁਛ ਲੱਗਾ ਨਹੀਂ ਆਇਆ ਸੀ ਨਹੀਂ ਕੋਈ ਨਿਸ਼ਾਨ ਨਹੀਂ ਲੱਗਾ ਧੁੰਦ ਸੀ ਰਾਤ ਬੇਮਲੂਮੀ ਜੀ ਨਾਰਮਲ ਜੀ ਹਾਂ ਅੱਛਾ ਗਾਵਾਂ ਕਰਕੇ ਗਾਵਾਂ ਕਰਕੇ ਨੁਕਸਾਨ ਹੋ ਗਿਆ ਨੁਕਸਾਨ ਹੋ ਹੀ ਗਿਆ ਜੀ 40-50,000 ਦਾ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਮੈਂ ਆਇਆ ਭਾਵਨਗਰ ਤੋਂ ਆਇਆ ਅੰਮ੍ਰਿਤਸਰ ਜਾ ਰਿਹਾ ਕੀ ਲੋੜ ਹੈ ਗੱਡੀ ਪਿਆਜ ਲੈ ਕੇ ਮੇਰੀ 4 ਵਜੇ ਦੀ ਮੰਡੀ ਅੱਜ ਤੜਕੇ ਦੀ ਮੰਡੀ ਵੀ ਨਹੀਂ ਹੋਈ ਹੁਣ ਨੁਕਸਾਨ ਹੋ ਗਿਆ ਪਤਾ ਨਹੀਂ ਭਾੜਾ ਮਿਲੇ ਜਾਂ ਨਾ ਮਿਲੇ ਗੱਡੀ ਦਾ 50-60,000 ਦਾ ਤੇ ਸਾਹਮਣੇ ਸਾਹਮਣੇ ਹੋ ਗਿਆ ਹਾਲੀ ਇੰਜਣ ਦਾ ਵੇਖਾਂਗੇ ਵੀ ਕੀ ਬਣਦਾ ਸਟਾਰਟ ਹੁੰਦੀ ਜਾਂ ਨਹੀਂ ਹੁੰਦੀ ਇੰਜਣ ਦਾ ਜਿਹੜਾ ਚੈਂਬਰ ਆ ਉਹ ਟੁੱਟ ਗਿਆ ਇਹ ਮੇਰਾ ਪਿੰਡ ਰਾਲਚਾਲ ਆ ਜ਼ਿਲ੍ਹਾ ਤਰਨ ਤਾਰਨ ਰਾਲਚਾਲ ਦਾ ਰਹਿਣ ਵਾਲਾ ਮੇਰੀ ਆਪਦੀ ਗੱਡੀ ਖੁਦ ਮੇਰਾ ਨਾਮ ਸਰ ਲਵਲੀ ਜੀ ਜਾਨਵਰਾਂ ਵਾਂਗੂ ਗੱਡੀ ਦੇ ਸਾਰੇ ਸ਼ੀਸ਼ੇ ਤੋੜ ਤੇ ਸਵਾਰੀਆਂ ਹਾਂਜੀ ਡਰਾਈਵਰ ਨੂੰ ਵੀ ਕੁੱਟਿਆ ਤੇ ਜਿਹੜੇ ਛਡਾਉਂਦੇ ਸੀ ਉਹਨਾਂ ਨੂੰ ਵੀ ਕੁੱਟਿਆ ਗੱਡੀ ਦੇ ਸਾਰੇ ਸ਼ੀਸ਼ੇ ਤੋੜ ਕੇ ਸਾਡੇ ਮੂੰਹ ਤੇ ਵੱਜੇ ਸ਼ੀਸ਼ੇ 25 ਜਿਹੜੇ ਮੁੰਡੇ ਸੀਗੇ ਐਡੀਆਂ ਮੋਟੀਆਂ ਰਾੜਾਂ ਨਾਲ ਕੁੱਟੇ ਮੰਗ ਕਰਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਡਰਾਈਵਰ ਨੂੰ ਨਜਾਇਜ਼ ਹੋਇਆ ਵਿਚਾਰੇ ਨਾਲ ਬਿਲਕੁਲ ਨਜਾਇਜ਼ ਹੋਇਆ ਜੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਕੁਲਦੀਪ ਸਿੰਘ ਆ ਜੀ ਮੈਂ ਰੋਡ ਵਿੱਚ ਡਰਾਈਵਰ ਆ ਜੀ ਫਿਰੋਜ਼ਪੁਰ ਡਿਪੂ ਚ ਕੀ ਹੋਇਆ ਗੱਡੀ ਦਾ ਅੱਗੇ ਝਗੜਾ ਹੋ ਜਾਂਦਾ ਸੀ ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ ਰਾੜਾ ਸੀ ਦੱਸਦੇ ਸੀ ਇਹਨਾਂ ਕੋਲੇ ਇਹ 8-10 ਜਣੇ ਸੀਗੇ ਹੁਣ ਕੀ ਹੋਇਆ ਇਹਨਾਂ ਨੂੰ ਛਡਾਉਂਦਿਆਂ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਵੱਜੀ ਹੱਥ ਤੇ ਪਰ ਆ ਸਾਰੀਆਂ ਦੁਕਾਨਾਂ ਵਾਲਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਏ ਗੱਲ ਪੈ ਗਈ ਉਧਰ ਦੇਖੋ ਹੁਣ ਸਾਡੇ ਬੰਦਿਆਂ ਦੇ ਫੇਰ ਗੱਲ ਪੈ ਗਈ ਜੀ ਮਾਤਾ ਜੀ ਤੁਸੀਂ ਬੱਸ ਦੇ ਵਿੱਚ ਮੌਜੂਦ ਸੀ ਅਸੀਂ ਮੌਜੂਦ ਸੀ ਕੀ ਕਾਰਨ ਬਣਿਆ ਜੀ ਕਾਰਨ ਬੱਸ ਵਧੀਆ ਲੱਗੀ ਆਉਂਦੀ ਸੀ ਉਹਨੇ ਆਗ ਕਿਰੇ ਮੋਸਾ ਲਾਇਆ ਮੋਟਰਸਾਈਕਲ ਦਾ ਡਰਾਈਵਰ ਦੀ ਕੋਈ ਗਲਤੀ ਨਹੀਂ ਹੋਈ 5-10 ਮੁੰਡੇ ਵੀ ਜਿਹੜੇ ਉਹਨਾਂ ਕੁੱਟਮਾਰ ਬੜੀ ਕੀਤੀ ਡਰਾਈਵਰਾਂ ਨੇ ਸਵਾਰੀਆਂ ਨੇ ਕੁੱਟਾਂ ਨੇ ਜ਼ਬਰਦਸਤੀ ਅਸੀਂ ਨਿਊਟਰਾਈਪੁਰ ਚੜੇ ਆ ਕੀ ਕਾਰਨ ਬਣਿਆ ਆਂਟੀ ਜੀ ਮੈਨੂੰ ਨਹੀਂ ਪਤਾ ਮੈਂ ਹੁਣ ਬੇਟਾ ਆ ਰਹੀ ਹਾਂ ਖਰੋ ਤੁਹਾਡਾ ਵਿੱਚ ਕੋਈ ਰਿਸ਼ਤੇਦਾਰ ਸੀਗਾ ਨਹੀਂ ਮੇਰਾ ਪੁੱਤਰ ਚਲਾਉਣ ਵਾਲਾ ਡਰਾਈਵਰ ਤੁਹਾਡਾ ਮੁੰਡਾ ਡਰਾਈਵਰ ਮੇਰਾ ਮੁੰਡਾ ਕੀ ਕਾਰਨ ਲੱਗਦਾ ਪੁੱਛਿਆ ਤੁਸੀਂ ਨਹੀਂ ਮੈਂ ਅਜੇ ਨਹੀਂ ਪੁੱਛਿਆ ਜੇ ਮਾੜੀ ਜਿਹੀ ਨੰਬਰ